ਲੜਕਾ ਨਾ ਬੈਠੇ ਆ ਤੇ ਰਹਿੰਦੇ ਪੈ ਅਗਾਂ ਬੀਬੀ ਦੇ ਦਰਬਾਰ ਮੁਹਤਰਮਾ ਬਹਿਨ ਦੇ ਦਰਬਾਰ ਇੱਥੇ ਹੋਟਲ ਤੇ ਬੈਠੇ ਚਾਹ ਸ਼ਾਹ ਪੀਂਦੇ ਪੀ ਕੇ ਤੇ ਅੱਗਾਂ ਸਾਡਾ ਸਫ਼ਰ ਜਾਰੀ ਹੈ। ਅਸਲਾਮ ਵਾਲੇਕੁਮ ਮੇਰਾ ਉਹ ਖੈਰ ਹੈ ਫਿੱਟੀ ਹੈ ਸਿਹਤ ਵੀ ਠੀਕ ਹੈ। ਅੱਛਾ ਤੇ ਅੱਜ ਦਾ ਵਿਲਾਗ ਸ਼ੁਰੂ ਕਰੀਂਦੇ ਪਏ ਵਿਲਾਗ ਸ਼ੁਰੂ ਕਰਨ ਪਹਿਲੇ ਨਿੱਕੀ ਜਿਹੀ ਰਿਕੁਐਸਟ ਹੈ ਜੋ ਸਾਡੇ ਚੈਨਲ 'ਤੇ ਜਿਹੜੇ ਨਵੇਂ ਵਿਰਾ ਹਨ ਤਾਂ ਉਹ ਸਾਡੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਕਿਨੋ ਅਤੇ ਘੰਟੀ ਦਾ ਨਾਲ ਨਿਸ਼ਾਨ ਉਸ ਉਹ ਵਾਲਾ ਦਬਾ ਛੋੜੋ ਜੋ ਜਿਹੜੀ ਵਕਤ ਮੇਰੀ ਨਵੀਂ ਵੀਡੀਓ ਆ ਸੀ ਤਾਂ ਉਹਦਾ ਨੋਟੀਫਿਕੇਸ਼ਨ ਪਹਿਲੇ ਪਹਿਲੇ ਥੁੱਕ ਗਈ ਸੀ। ਇਹ ਤਾਂ ਸਿੰਧੇ 'ਚ ਆ ਸਾਹਮਣੇ ਵਾਲੇ ਹੋਟਲ ਤੋਂ ਚਾਹ ਸ਼ਾਹ ਪੀਤੀ ਹੈ ਬਾਕੀ ਆਹ ਦੇ ਪੈਨ ਅੰਕਲ ਔਰ ਜਿਹੜੀ ਡਰਾਈਵ ਕਰੀ ਨਾ ਛੂ ਇੱਥੋਂ ਦੇ ਸੀਨ ਹੈ ਜੋ ਇਹ ਵਾਲੇ ਹੋਟਲ ਦੇ ਨੌਰਾਨੀ ਹੋਟਲ ਦੇ ਬਾਰਿਸ਼ ਹੋ ਗਈ ਹੈ ਉਹ ਬਿਲਕੁਲ ਨਾ ਰੋਡ ਦੇ ਉੱਤੇ ਗੱਡੀ ਦੀ ਹਾਲਤ ਹੀ ਖਰਾਬ ਹੈ ਉਹ ਤਾਂ ਚਾਹ ਮਾ ਪੀਂਦੇ ਪਏ ਯਾਰ ਸਰਦੀ ਬਹੁ ਹੈ ਬੜੀ ਠੰਡੀ ਹਵਾ ਚੱਲੀ ਹੋਈ ਹੈ ਚੰਗੇ ਸੀਨ ਇਹਨੂੰ ਮੌਸਮ ਬੜਾ ਪਿਆਰਾ ਹੈ ਪਰ ਸਰਦੀ ਹੈ ਖਾਣਾ ਖਾਊਗਾ ਇੱਥੋਂ ਤੇ ਭੁੱਖ ਲੱਗੀ ਹੋਈ ਸਰਦੀ ਆਈ ਸਰਦੀ ਭੁੱਖ ਜ਼ਿਆਦਾ ਲੱਗਦੀ ਖਾਣਾ ਖਾ ਜਿੱਦਾਂ ਇੱਥੋਂ ਦਾ ਠੀਕ ਆਈ ਪਰ ਪੰਜਾਬ ਪੰਜਾਬ ਅਤੇ ਹੁਣ ਅਗਾਂ ਬਸ ਥੋੜ੍ਹਾ ਜਿਹਾ ਸਫ਼ਰ ਹੈ ਕੋਈ 15-1 ਕਿਲੋਮੀਟਰ ਇਹ ਪਹੁੰਚ ਆਇਆ ਉੱਥੇ ਮੈਂ ਇਹਦੇ ਪੈਂ 'ਤੇ ਬੰਨ੍ਹ ਕੇ ਅਤੇ ਅਗਲੀ ਵੀਡੀਓ ਉਹ ਤਾਂ ਇੱਕ ਇੱਕ ਆਪਣੇ ਗੱਲੇ ਪਾਈ ਮੈਨੂੰ ਪੰਜਾਬ ਜਿਹੜਾ ਨਾ ਹੋਰ ਨਮਾਜ਼ੀ ਕਰੇ ਇਹਨੂੰ ਵੀ ਸੁਰਖਰੂ ਅੱਲਾ ਕਰੇ ਚਲੋ ਘਰ ਵਾਲੀ ਬੁੱਟੋ ਮੋਹਤਰਮਾ ਬੇਨਜ਼ੀਰ ਭੁੱਟੋ ਸਾਹਮਣੇ ਵਾਲੀ ਹੈ ਬੇਨਜ਼ੀਰ ਭੁੱਟੋ ਦੀ ਵਾਲੀ ਜ਼ੁਲਫ਼ਕਾਰ ਅਲੀ ਭੁੱਟੋ ਇਹ ਸਾਹਮਣੇ ਵਾਲਾ ਇਹ ਨੁਸਰਤ ਭੁੱਟੋ ਹੈ ਨੁਸਰਤ ਹਲਕੀ ਫੁਲਕੀ ਹੈ ਇਹਦੀ ਜ਼ਿਆਦੀ ਨਹੀਂ ਹਲਕੀ ਬਾਏ ਵੇ ਖੜੇ ਉੱਥਾਂ ਹੀ ਖੜੇ ਹਾਂ ਤੂੰ ਟੁੱਟ ਸਕ ਮੀਰ ਮੁਰਤਜ਼ਾ ਅੱਛਾ ਅੰਦਰ ਹਾਜ਼ਰੀ ਦਿੱਤੀ ਹੈ ਤੇ ਬਾਕੀ ਯਾਰ ਬਹੁਤ ਅੱਛੇ ਬੰਦੇ ਆ ਤੁਸੀਂ ਆਪ ਹੀ ਜਾਣ ਦੇਵੇ ਬਾਹਰ ਆ ਗਏ ਅੰਦਰ ਦੀ ਵੀਡੀਓ ਤੁਸੀਂ ਡਿੱਠੀ ਹੈ ਉਹ ਤੋਂ ਬਾਅਦ ਹੁਣ ਲੈਂਦੇ ਪਏ ਗੱਡੀ 'ਚ ਬਾਂਹਦੇ ਪਏ ਕਿਉਂਕਿ ਸਰਦੀ ਹੈ ਬਹੁਤ ਜ਼ਿਆਦੀ ਅਤੇ ਕਿਦਾਂ ਹੀ ਬਿਮਾਰ ਨੱਥੀ ਵਾਂਗੂ ਬਾਰਿਸ਼ ਹੋਈ ਹੈ ਅਤੇ ਬਹੁਤ ਠੰਡੀ ਹਵਾ ਚੱਲਦੀ ਪਈ ਹੈ ਅਤੇ ਇਨਸ਼ਾਅੱਲਾ ਨੈਕਸਟ ਵੀਡੀਓ ਇਸ ਤੋਂ ਹੀ ਅੱਛੀ ਹੋ ਸੀ
बाकी अपना ख्याल रखा है, खुश रहा है। सारी वीडियो चंगी लगी हो तो लाइक कर छोड़ा है, ते बाकी कमेंट करके दसा है अगर कहीं जगह तुसा देखना चाहते हो। बाकी गाली अगली वीडियो, अपना ख्याल रखा है। बाय बाय।